ਨਹੀਂ ਮੈਂ ਪਾਰਟੀਆਂ ਤੋੜਦਾ ਨੀ ਜੀ, ਮੈਂ ਉਹ ਤਾਂ ਆਪ ਹੀ ਟੁੱਟੇ ਪਏ ਨੇ ਜੀ, ਮੈਂ ਉਹਨਾਂ ਨੂੰ ਕੀ ਤੋੜਨਾ। ਉਹਨਾਂ ਪਾਰਟੀਆਂ ਚ ਹੈਗੇ ਚੰਗੇ ਬੰਦੇ ਪਰ ਨਹੀਂ ਮੌਕਾ ਮਿਲਦਾ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਤਾਂ ਫਿਰ ਡਾਕਟਰ ਸੁੱਖੀ ਨੇ ਫੈਸਲਾ ਕੀਤਾ ਕਿ ਮੈਂ ਜਿਹੜਾ ਇਸ ਪਾਰਟੀ ਨਾਲ ਚੱਲਣਾ ਹੁੰਦਾ। ਆ ਜਾਓ, ਵੈਲਕਮ ਹੈ, ਚੰਗੇ ਬੰਦਿਆਂ ਸਾਨੂੰ ਵੀ ਲੋੜ ਹੈ ਨਾ। ਅਸੀਂ ਕੋਈ ਦਰਵਾਜ਼ੇ ਬੰਦ ਕਰਕੇ ਨਹੀਂ ਬੈਠੇ ਕਿ ਬਸ ਸਾਡੀ ਤਾਂ ਪਾਰਟੀ ਬਸ ਇੰਨੀ ਕੀ ਹੈ। ਹਜੇ ਹੋਰ ਬਹੁਤ ਸਾਰੇ ਜਿਹੜੇ ਦੇਸ਼ ਭਰ ਦੇ ਵਿੱਚ ਚੰਗੇ ਲੋਕ ਨੇ, ਦੇਸ਼ ਭਗਤ ਲੋਕ ਨੇ, ਦੇਸ਼ ਨੂੰ ਪਿਆਰ ਕਰਨ ਲੋਕ ਨੇ, ਹਜੇ ਤਾਂ ਬਹੁਤ ਸਾਰੇ ਕਰੋੜਾਂ ਦੀ ਗਿਣਤੀ ਚ ਹੋਰ ਆਉਣਗੇ। ਸੋ ਬਾਕੀ 33% 40% ਉਹ ਆਪਦਾ ਦੇਖਣ ਕਿ ਉਹਨਾਂ ਕੋਲ ਕਿੰਨੇ ਪਰਸੈਂਟ ਹੈ। ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਮਜਬੂਰ ਕਰਕੇ ਜਾਂ ਕੋਈ ਡਰਾ ਕੇ ਜਾਂ ਕੋਈ, ਉਹਨੇ ਆਪ ਦੀ ਮਰਜ਼ੀ ਨਾਲ ਉਹ ਆਏ ਨੇ ਅਤੇ ਸਾਡੀ ਪਾਰਟੀ ਨੂੰ ਬਲ ਮਿਲੂਗਾ। ਦੁਆਬੇ 'ਚ ਖਾਸ ਤੌਰ 'ਤੇ ਬੜੀ ਵਧੀਆ ਛਵੀ ਹੈ ਉਹਨਾਂ ਦੀ, ਔਰ ਇੱਕ ਜੈਂਟਲਮੈਨ ਨੇ, ਇੱਕ ਡਾਕਟਰ ਨੇ, ਔਰ ਸੇਵਾ ਕਰਦੇ ਲੋਕਾਂ ਦੀ ਆਪਦੇ ਪ੍ਰੋਫੈਸ਼ਨ ਰਾਹੀਂ ਵੀ ਅਤੇ ਨਾਲ ਜਿਹੜਾ ਰਾਜਨੀਤੀ ਦੇ ਵਿੱਚ ਵੀ।